जगराओं के नथेवाल च 12वीं जमात दी विद्यार्थन दे नाल बलात्कार करन वाले मामले च चार होर दोषियों नूं काबू किया गया। दरअसल पहला पुलिस ने दो अध्यापकों नूं काबू किया सी। उन्हां अध्यापकों तों पुछगिछ दौरान इस घिनौनी हरकत शामिल एक अध्यापक जो कि स्कूल च इस घटना ते निगरानी रखता सी ते एक नर्स जिसने लड़की का गर्भपात किया सी, असिस्टेंट डॉक्टर ते एक पंचायत मैंबर नूं काबू किया है। पुलिस ने दोषियों नूं हिरासत विच लै के रिमांड लई अदालत भेज दिता। ਇਹ ਜਿਹੜੇ ਦੋਨੇ ਟੀਚਰ ਆ ਸੁਖਬੀਰ ਐਂਡ ਹਰਪ੍ਰੀਤ, ਇਹਨਾਂ ਨੇ ਨੱਥੋਵਾਲ ਜਦੋਂ ਬਦਨਾਮੀ ਬਹੁਤ ਹੋ ਗਈ ਇਹਨਾਂ ਦੀ, ਪਿੰਡ 'ਚ ਰੌਲਾ ਪੈ ਗਿਆ ਇਸ ਗੱਲ ਦਾ, ਅਤੇ ਇਹਨਾਂ ਦੋਨਾਂ ਨੇ 2.5 ਲੱਖ ਰੁਪਈਆ ਦਿੱਤਾ। ਦੋ ਕੰਡਿਊਟ ਸੀਗੇ, ਇੱਕ ਤਾਂ ਉਸੇ ਨੱਥੋਵਾਲ ਪਿੰਡ ਦਾ ਹੀ ਆ ਜਸਵਿੰਦਰ ਸਿੰਘ ਉਰਫ ਛਿੰਦਾ ਪੰਚ ਹੈ, ਇੱਕ ਹਰਵਿੰਦਰ ਸਿੰਘ ਭਨੋਟ ਪਿੰਡ ਦਾ ਧੂਰੀ ਥਾਣੇ 'ਚ ਹੈ ਸੰਗਰੂਰ ਡਿਸਟ੍ਰਿਕਟ ਦਾ। ਇਹਨਾਂ ਦੋਵਾਂ ਨੇ ਦੋਨਾਂ ਕੋਲੋਂ 2.5 ਲੱਖ ਲੈ ਕੇ, ਮਤਲਬ 2.5 ਲੱਖ ਰੁਪਈਆ ਲੈ ਕੇ, ਅਤੇ ਇਹਨਾਂ ਦੋਨਾਂ ਨੇ ਇਹਨਾਂ ਦੀ ਨੱਥੋਵਾਲ ਤੋਂ ਮਾਣੂ ਕੇਵੜੀਆ ਬਦਲੀ ਕਰਵਾ ਦਿੱਤੀ। ਔਰ ਜਿਹੜਾ ਜਸਵਿੰਦਰ ਸਿੰਧਾ ਫੜਿਆ ਜਿਹਨੇ 2.5 ਲੱਖ ਲਿਆ ਸੀ, ਇਹ ਉੱਤੋਂ ਅਰੈਸਟ ਕਰ ਲਿਆ, ਉਹਨੂੰ ਉੱਤੋਂ ਰਿਕਵਰ ਵੀ ਹੋ ਗਿਆ। ਔਰ ਜਿਹੜਾ ਹਰਵਿੰਦਰ ਸਿੰਘ ਆ ਭਨੋੜ ਵਾਲਾ, ਜਿਹਦੇ 2.5 ਲੱਖ ਜਿਹਨੇ ਲਿਆ ਸੀ, ਉਹਨੂੰ ਵਾਸਤੇ ਪਾਰਟੀ ਗਈ ਅਰੈਸਟ ਕਰਨ ਵਾਸਤੇ। ਇਹਨਾਂ ਦਾ ਰਿਮਾਂਡ ਜਿਹੜਾ ਲਿਆ ਜਾਊਗਾ ਇਹਨਾਂ ਚਾਰਾਂ ਦਾ ਵੀ। ਦੱਸਣਯੋਗ ਕਿ 12ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਬਲਾਤਕਾਰ ਕੀਤਾ ਗਿਆ ਸੀ, ਜਿੱਥੇ ਅਧਿਆਪਕ ਨੂੰ ਮੋਮਬੱਤੀ ਵਾਂਗ ਕਿਹਾ ਜਾਂਦਾ ਹੈ। ਇਸ ਘਟਨਾ ਨੇ ਵਿਦਿਆਰਥੀ ਤੇ ਗੁਰੂ ਦੇ ਪਵਿੱਤਰ ਰਿਸ਼ਤੇ ਤੇ ਕਲੰਕ ਲਗਾ ਦਿੱਤਾ ਹੈ। ਜਗਰਾਓਂ ਤੋਂ ਰਾਜ ਬੱਬਰ ਦੀ ਰਿਪੋਰਟ, ਸਾਂਝ TV।